ਬਹੁਤ ਦਰਦਨਾਕ ਚੀਜ਼ ਹੈ ਅਤੇ ਫਿਲਮ ਦੇ ਵਿੱਚ ਜੋ ਆਖਰੀ ਸੀਨ ਸੀ ਉਹ ਬਿਲਕੁਲ ਐਕਸਪੈਕਟਡ ਨਹੀਂ ਸੀਗਾ ਅਤੇ ਉਦੋਂ ਬਸ ਦਿਲ ਬਾਹਰ ਨਿਕਲ ਕੇ ਆ ਗਿਆ ਐਂਡ ਅਸੀਂ ਤਾਂ ਰੋ ਰਹੇ ਸੀ ਲਿਟਰਲੀ ਉੱਥੇ ਬਹਿ ਕੇ ਮੂਵੀ 'ਚ। ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੋ ਹਜੇ ਵੀ ਲਾਅ ਹੈ ਉਹ ਆਪਣਾ ਕਿਤੇ ਨਾ ਕਿਤੇ ਕਮਜ਼ੋਰ ਪੈ ਰਿਹਾ। ਮੈਂ ਵੀ ਲਾਅ ਸਟੂਡੈਂਟ ਹਾਂ ਤਾਂ ਮੈਂ ਸੋਚਦੀ ਹਾਂ ਕਿ ਕਿਤੇ ਨਾ ਕਿਤੇ ਮੇਰੀ ਵੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ ਕਿ ਮੈਂ ਅੱਗੇ ਜਾ ਕੇ ਕੁਛ ਕਰ ਸਕਾਂ ਇਸ ਦੇ ਵਿੱਚ। ਜੋ ਕਿ ਡਾਟਾ ਦਿਖਾਇਆ ਗਿਆ ਮੂਵੀ ਦੇ ਵਿੱਚ ਉਹ ਇਹ ਦਿਖਾ ਰਿਹਾ ਕਿ ਜਿਹੜਾ ਨੰਬਰ ਨੇ ਕੇਸਿਸ ਦੇ ਐਸਿਡ ਕੇਸ ਦੇ ਉਹ ਘੱਟ ਨਹੀਂ ਰਹੇ ਸਗੋਂ ਵੱਧ ਰਹੇ ਨੇ ਦਿਨ ਬ ਦਿਨ। ਰੀਸੈਂਟ ਕੇਸ ਹੋਇਆ ਸੀਗਾ 9 ਦਸੰਬਰ ਨੂੰ 2019 ਦੇ ਵਿੱਚ, ਉਹਦੇ 'ਚ ਮੁਜ਼ੱਫਰਪੁਰ 'ਚ ਹੋਇਆ ਸੀ ਅਤੇ ਉੱਥੇ ਇਹ ਦਿਖਾਇਆ ਗਿਆ ਕਿ ਉਹ ਵੀ ਅਟੈਕ ਹੋਈ ਹੈ ਐਂਡ ਉਹ ਡੈੱਡ ਹੋ ਗਈ ਸੀ ਕੁੜੀ। ਬਹੁਤ ਹੀ ਜ਼ਿਆਦਾ ਮਤਲਬ ਇੰਸਪੀਰੇਸ਼ਨ ਮਤਲਬ ਗੇਨ ਕਰਨ ਨੂੰ ਮਿਲਦੀ ਹੈ ਇਸ ਮੂਵੀ ਤੋਂ, ਕਿਉਂਕਿ ਇਹ ਸਿਰਫ ਮਿਡਲ ਕਲਾਸ ਫੈਮਿਲੀ ਜਾਂ ਕਿਸੇ ਮਤਲਬ ਗਰੀਬ ਕੁੜੀਆਂ ਵਾਸਤੇ ਨਹੀਂ ਹੈ, ਇਹ ਮਤਲਬ ਹਰ ਕੁੜੀਆਂ ਵਾਸਤੇ ਮਤਲਬ ਇੱਕ ਇੱਕ ਜ਼ਰੀਆ ਬਣਿਆ ਮੂਵੀ ਵੱਲੋਂ ਕਿ ਕੁਛ ਮਤਲਬ ਜਿਵੇਂ ਸਾਡੇ ਨਾਲ ਜਿਵੇਂ ਵੀ ਅੱਤਿਆਚਾਰ ਹੁੰਦੇ ਹੈ ਉਹਨਾਂ ਨੂੰ ਆਪਾਂ ਕਿਵੇਂ ਸਟੋਪ ਕਰੀਦਾ। ਮੂਵੀ ਦੇਖਣ ਤੋਂ ਬਾਅਦ ਸਾਨੂੰ ਪਤਾ ਹੋ ਦੇਖਣਾ ਹੁੰਦਾ ਕਿ ਐਸਿਡ ਅਟੈਕ ਦੇਖ ਕੇ ਬਹੁਤ ਜ਼ਿਆਦਾ ਹੋਇਆ ਕਿ ਪਤਾ ਨਹੀਂ ਜਿਹੜੀ ਕੁੜੀਆਂ ਦੇ ਉੱਪਰ ਐਸਿਡ ਪਿਆ ਉਹਨਾਂ ਨੇ ਕਿਵੇਂ ਦਾ ਫੀਲ ਕੀਤਾ ਹੋਇਆ, ਕਿ ਬਹੁਤ ਵਧੀਆ ਹੈ ਮੂਵੀ ਵੇਖਣ ਵਾਲੀ ਹੈ। ਮੈਨੂੰ ਲੱਗਦਾ ਕਿ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਮੂਵੀ, ਬਹੁਤ ਅੱਛੀ ਹੈ। ਆਈ ਥਿੰਕ ਸਭ ਕੋ ਦੇਖਣੀ ਚਾਹੀਏ, ਸਪੈਸ਼ਲੀ ਫੋਰ ਗਰਲਸ, ਅਵੇਅਰਨੈਸ ਹੋਣੀ ਚਾਹੀਏ। ਔਰ ਸਭ ਤੋਂ ਬੜੀ ਬਾਤ ਕਿ ਆਪਣੇ ਪੇਰੈਂਟਸ ਸੇ ਕੁਛ ਮਤ ਛੁਪਾਓ, ਅਗਰ ਆਪਕੋ ਕੋਈ ਤੰਗ ਕਰ ਰਿਹਾ ਹਰਾਸ ਕਰ ਰਿਹਾ ਹੈ ਤੋ ਉਸੇ ਬਾਹਰ ਆ ਕੇ ਬਤਾਨਾ ਚਾਹੀਏ। ਲੜਕੀ ਨਹੀਂ ਇਨਫੈਕਟ ਲੜਕੇ ਕੋ ਵੀ ਮੂਵੀ ਦੇਖਣੀ ਚਾਹੀਏ ਔਰ ਇਸੇ ਬਹੁਤ ਕੁਛ ਸਿੱਖਣਾ ਚਾਹੀਏ ਕਿ ਕਿਆ ਕਰ ਸਕਤੇ ਹੈ, ਕਿਆ ਕਿਆ ਹੋਤਾ ਹੈ, ਹਾਓ ਮਤਲਬ ਕੈਸੇ ਇੱਕ ਲੜਕੀ ਕੀ ਲਾਈਫ ਹੈ ਔਰ ਹਮ ਕੈਸੇ ਉਸਮੇ ਕਿਸ ਸਿਚੁਏਸ਼ਨ ਸੇ ਨਿਕਲਤੀ ਹੈ, ਕਿਆ ਉਸਕੇ ਸਾਥ ਹੋ ਰਹਾ ਹੈ ਕਿਆ ਨਹੀਂ।